ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਜੰਦੇ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਜਰੂਰ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਅੱਜ ਦੀਆਂ ਬਾਕੀ ਖਬਰਾਂ ਦੇ ਉੱਤੇ ਜਾਣ ਤੋਂ ਪਹਿਲਾਂ ਜਿਹੜਾ ਸਭ ਤੋਂ ਪਹਿਲਾਂ ਇੱਕ ਜ਼ਰੂਰੀ ਖਬਰ ਹੈ ਜੀ ਉਸ ਦੇ ਬਾਰੇ ਦੱਸ ਦਈਏ ਕਿ ਹੁਣ ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡੇ ਆਸ-ਪਾਸ ਜਿੰਨੇ ਵੀ ਲੋਕ ਕੰਮ ਦੇ ਫਿਰਦੇ ਹਨ ਜਾਂ ਕੰਮ ਕਰ ਕਰਦੇ ਨੇ ਕੋਈ ਵਿਰਲਾ ਬੰਦਾ ਇਹ ਤੁਹਾਨੂੰ 마ਸਕ ਲੱਗੇ ਹੋਏ ਦਿਖਾਈ ਦਿੰਦਾ ਹੈ ਦੇਖੋ ਦੇਖੀ ਲੋਕਾਂ ਨੇ ਜਿਹੜੇ 마ਸਕ ਦਾ ਪ੍ਰਯੋਗ ਬੰਦ ਕਰ ਦਿੱਤਾ ਹੈ ਡੈਫੈਕਟਿਜ਼ ਵਗੈਰੇ ਦੇ ਵਿੱਚ ਵੀ ਤੁਸੀਂ ਕੰਮ ਵਾਲੀਆਂ ਥਾਵਾਂ ਦੇ ਉੱਤੇ ਵੀ ਦੇਖਦੇ ਹੋ ਕਿ ਬਿਨਾਂ 마ਸਕ ਤੋਂ ਹੀ ਲੋਕ ਜਿਆਦਾਤਰ ਘੁੰਮਦੇ ਫਿਰਦੇ ਨਜ਼ਰ ਆਉਂਦੇ ਹਨ ਉਹਦਾ ਜਿਹੜਾ ਰਿਜ਼ਲਟ ਹੈ ਜੋ ਸਾਹਮਣੇ ਆ ਚੁੱਕਾ ਹੈ ਅੱਜ ਜਿਹੜੇ ਕੇਸ 145967 ਕੇਸ ਆਇਆ ਹੈ 157 ਬੰਦਿਆਂ ਨੇ ਆਪਣੀ ਜਾਨ ਗਵਾਈ ਹੈ ਇਹਦੇ ਪਿੱਛੇ ਕਾਰਨ ਹੋਈ ਹੈ ਕਿ ਲੋਕਾਂ ਨੇ ਜਿਹੜਾ ਧਿਆਨ ਘੱਟ ਕਰ ਦਿੱਤਾ ਹੈ ਹੁਣ ਇਹਦੇ ਵਿੱਚ ਇੱਕ ਚੌਥੀ ਡੋਜ਼ ਜਿਹੜੀ ਉੱਤੇ ਖਬਰ ਆਈ ਸੀ ਕਿ ਚੌਥੀ ਡੋਜ਼ ਜਿਹੜੀ ਲੋਕਾਂ ਨੂੰ ਦਿੱਤੀ ਜਾਵੇਗੀ ਪਰੰਤੂ ਇਹਦੇ ਵਿੱਚ ਚੌਥੀ ਡੋਜ਼ ਕਿਹਨਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਦੀ ਪਹਿਲਾਂ ਤੀਸਰੀ ਡੋਜ਼ ਜਿਹੜੀ ਲੱਗ ਚੁੱਕੀ ਹੈ ਤੇ ਨਾਲ ਜਿਨ੍ਹਾਂ ਲੋਕਾਂ ਨੂੰ ਕੋਵਿਡ ਵੀ ਹੋ ਚੁੱਕਾ ਹੈ ਉਹ ਵੀ ਬੰਦੇ ਜਿਹੜੇ ਹਨ ਜੀ ਚੌਥੀ ਡੋਜ਼ ਲੈ ਸਕਦੇ ਹਨ ਬਾਕੀ ਤੁਸੀਂ ਤੁਹਾਨੂੰ ਵੀ ਦੱਸਦੀ ਕਿ 14 ਜੁਲਾਈ ਜਿਹੜੀ ਤਰੀਕ ਇਹਨਾਂ ਨੇ ਰੱਖੀ ਹੈ ਜਿੱਦਾਂ ਕਿ ਅੱਜ 13 ਜੁਲਾਈ ਹੋ ਚੁੱਕੀ ਹੈ ਤੇ ਕੱਲ ਤੋਂ ਮਤਲਬ ਜਿਹੜੀ ਬੁਕਿੰਗ ਚੌਥੀ ਡੋਜ਼ ਦੀ ਸ਼ੁਰੂ ਹੋ ਜਾਵੇਗੀ ਜੇ ਸਰਕਾਰ ਨੇ ਸਾਰਾ ਜਿਹੜਾ ਅਰੇਂਜਮੈਂਟ ਕਰ ਦਿੱਤਾ ਸਰਕਾਰ ਦੀ ਕੋਸ਼ਿਸ਼ ਇਹ ਹੀ ਹੈ ਕਿ ਜਿੰਨਾ ਜਲਦੀ ਹੋ ਸਕੇ 14 ਜੁਲਾਈ ਨੂੰ ਹੀ ਅਗਰ ਇਸ ਦੀ ਜਿਹੜੀ ਬੁਕਿੰਗ ਚਾਲੂ ਹੋ ਜਾਵੇ ਤਾਂ ਵਧੀਆ ਹੈ ਬਾਕੀ ਜਿਹੜੇ ਲੋਕ ਇਟਲੀ ਦੇ ਵਿੱਚ ਕੰਮ ਕਰਦੇ ਹਨ ਫੈਕਟਰੀਜ਼ ਵਾ ਦੇ ਵਿੱਚ ਕੰਪਨੀਆਂ ਵਗੈਰਾ ਦੇ ਵਿੱਚ ਜਾਂ ਕਿਤੇ ਵੀ ਕੰਮ ਕਰਦੇ ਹਨ ਉਹਨਾਂ ਦੀ ਜਿਹੜੀ ਇੱਕ ਈ ਸ਼ਿਕਾਇਤ ਹੁੰਦੀ ਹੈ ਕਿ ਜਿਹੜੀ ਤਨਖਾਹ ਹੈ ਜੀ ਕੰਮ ਦੇ ਹਿਸਾਬ ਦੇ ਨਾਲ ਜਿਹੜੀ ਤਨਖਾਹ ਉਹਨਾਂ ਨੂੰ ਸਹੀ ਨਹੀਂ ਦਿੱਤੀ ਜਾਂਦੀ ਜਿੰਨੀ ਯੂਰਪ ਦੇ ਬਾਕੀਆਂ ਦੇਸ਼ਾਂ ਦੇ ਵਿੱਚ ਤਨਖਾਹ ਮਿਲਦੀ ਉਸ ਦੇ ਅਕੋਰਡਿੰਗ ਇਟਲੀ ਦੇ ਵਿੱਚ ਘੰਟੇ ਦੇ ਉਨੇ ਯੂਰੋ ਨਹੀਂ ਦਿੱਤੇ ਜਾਂਦੇ ਬਾਕੀ ਰਹਿੰਦੀ ਖੰਦੀ ਜਿਹੜੀ ਕਸਰ ਹੈ ਜੋ ਇਸ ਟਾਈਮ ਜਿਹੜੀ ਇਨਫਲੇਸ਼ਨ ਹੋ ਚੁੱਕੀ ਹੈ ਇਨਫਲੇਸ਼ਨ ਜਿਸ ਨੂੰ ਕਹਿੰਦੇ ਆ ਉਸ ਨੇ ਪੂਰੀ ਕਰ ਦਿੱਤੀ ਹੈ ਤੇ ਇਸ ਤੋਂ ਬਾਅਦ ਜਿਹੜੀ ਮਹਿੰਗਾਈ ਵਧੀ ਹੈ ਉਸ ਨੇ ਪੂਰੀ ਕਰ ਦਿੱਤੀ ਹੈ ਹੁਣ ਇਸੇ ਗੱਲ ਨੂੰ ਲੈ ਕੇ ਜਿਹੜੀ ਇੱਕ ਮੀਟਿੰਗ ਹੋਈ ਹੈ ਸਰਕਾਰ ਦੇ ਨਾਲ ਜਿਹਦੇ ਵਿੱਚ ਕਿ ਟ੍ਰੇਡ ਯੂਨੀਅਨ ਤੇ ਇੱਕ ਪਾਸੇ ਸਰਕਾਰ ਇਹਨਾਂ ਨੇ ਬੈਠ ਕੇ ਆਸ ਵਿੱਚ ਇਹਨਾਂ ਦੇ ਨੁਮਾਇੰਦਿਆਂ ਨੇ ਜਿਹੜੀ ਗੱਲਬਾਤ ਕੀਤੀ ਹੈ ਹੁਣ ਇਹਦੇ ਵਿੱਚ ਬਹੁਤ ਸਾਰੇ ਮੁੱਦੇ ਆਦੇ ਤੁਸੀਂ ਜਿਹੜੀ ਗੱਲਬਾਤ ਕੀਤੀ ਗਈ ਹੈ ਇੱਕ ਜਿਹੜਾ ਵੱਡਾ ਜਿਹੜਾ ਮੁੱਦਾ ਵਰਕਰ ਦੇ ਵਾਸਤੇ ਹੁੰਦਾ ਹੈ ਕਿ ਜਿਹੜੀ ਮਿਨੀਮਮ ਤਨਖਾਹ ਜਿਹੜੀ ਹੈ ਜੀ ਮਿਨੀਮਮ ਦਿਹਾੜੀ ਕਿੰਨੀ ਹੋਣੀ ਚਾਹੀਦੀ ਹੈ ਇਹਦੇ ਬਾਬਤ ਵੀ ਗੱਲਬਾਤ ਕੀਤੀ ਗਈ ਹੈ ਪਲੱਸ ਉੱਚੀ ਕੀ ਦੇ ਵਿੱਚ ਜਿਹੜੀ ਗੱਲਬਾਤ ਸਰਕਾਰ ਔਰ ਟ੍ਰੇਡ ਯੂਨੀਅਨ ਦੇ ਦਰਮਿਆਨ ਹੋਈ ਹੈ ਇੱਥੇ ਵੀ ਦੱਸ ਜੀ ਕਿ ਮੀਟਿੰਗ ਜਿਹੜੀ ਕੱਲ ਮੰਗਲਵਾਰ 12 ਜੁਲਾਈ ਨੂੰ ਹੋਈ ਹੈ ਇੱਕ ਪਾਸੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਤੇ ਦੂਜੇ ਪਾਸੇ ਜਿਹੜੇ CGIL CISL ਤੇ UIL ਦੇ ਜਿਹੜੇ ਟ੍ਰੇਡ ਯੂਨੀਅਨ ਜਿਹੜੀਆਂ ਹਨ ਜਿਹਨਾਂ ਦੇ ਜਿਹੜੇ ਲੀਡਰ ਨੁਮਾਇੰਦੇ ਸਨ ਇਹਨਾਂ ਦੇ ਵਿੱਚ ਗੱਲਬਾਤ ਹੋਈ ਹੈ ਪਲਾਸੋ ਚੀਗੀ ਦੇ ਵਿੱਚ ਤੇ ਜਿਹਦੇ ਵਿੱਚ ਇਸ ਗੱਲ ਦੇ ਉੱਤੇ ਜਿਹੜਾ ਇਹਨਾਂ ਨੇ ਪ੍ਰੋਮਿਸ ਵੀ ਕੀਤਾ ਹੈ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਦੁਬਾਰਾ ਜਿਹੜੀ ਮੀਟਿੰਗ ਹੈ ਜੀ ਇਸੇ ਮਹੀਨੇ ਦੇ ਐਂਡ ਦੇ ਵਿੱਚ ਕੀਤੀ ਜਾਵੇਗੀ ਦੁਬਾਰਾ ਇੱਕ ਵਾਰ ਫਿਰ 26 ਜੁਲਾਈ ਜਾਫਰ 27 ਜੁਲਾਈ ਨੂੰ ਇਹਦੇ ਵਿੱਚ ਜਿਹੜੇ ਦੋ ਮੁੱਦੇ ਇਹਨਾਂ ਨੇ ਸ਼ਾਮਿਲ ਕੀਤੇ ਨੇ ਇੱਕ ਤਾਂ ਜਿਹੜਾ 인ਫਲੇਸ਼ਨ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਤੇ ਦੂਜੀ ਜਿਹੜੀ એનર્ਜੀ ਚਿਸ ਦੇ ਰੇਟ ਵਧੇ ਹਨ ਉਸ ਨੂੰ ਵੀ ਇਸ ਦੇ ਵਿੱਚ ਸ਼ਾਮਿਲ ਕੀਤਾ ਹੈ ਇਹਦੇ ਵਿੱਚ ਇੱਕ ਤਾਂ ਟੈਕਸ ਵੇਜ ਦੂਜਾ ਹੈ ਜਿਹੜੇ ਕੰਟੈਕਸ ਵਗੈਰਾ ਲੋਕਾਂ ਦੇ ਕੀਤੇ ਹੋਏ ਜਿੱਦਾਂ ਇੱਕ ਅੰਤਰਾ ਤੋਂ ਇਹਨਾਂ ਨੂੰ ਤੁਸੀਂ ਕਹਿੰਦੇ ਹੋ ਉਹਨਾਂ ਦੇ ਉੱਪਰ ਵੀ ਇੱਕ ਵੱਡਾ ਫੈਸਲਾ ਹੋ ਰਿਹਾ ਹੈ ਬਾਕੀ ਦੇ ਵੀ ਟ੍ਰੇਡ ਯੂਨੀਅਨ ਜਿਹੜੀਆਂ ਹਨ ਜਿਨ੍ਹਾਂ ਨੇ ਸਰਕਾਰ ਤੋਂ ਇੱਕ ਮੰਗ ਕੀਤੀ ਹੈ ਉਹ ਕਹਿੰਦੀਆਂ ਨੇ ਕਿ ਜਿਹੜੀਆਂ ਦਿਹਾੜੀਸ ਵਗੈਰਾ ਹਨ ਜਿੱਦਾਂ ਕੀ ਜਿਹੜੇ ਵੇਜਿਸ ਜਿਸ ਨੂੰ ਤੁਸੀਂ ਕਹਿੰਦੇ ਹੋ ਤੇ ਦੂਜੇ ਪਾਸੇ ਜਿਹੜੇ ਪੈਨਸ਼ਨ ਇਹਨੂੰ ਸਰਕਾਰ ਨੂੰ ਜਿਹੜਾ ਇਮੀਡੀਏਟਲੀ ਤਰੀਕੇ ਦੇ ਨਾਲ ਜਿਹੜਾ ਇੰਟਰਫੇਅਰ ਇਸ ਦੇ ਵਿੱਚ ਕਰਨਾ ਚਾਹੀਦਾ ਹੈ ਤੇ ਇਸ ਨੂੰ ਜੋ ਵੀ ਜਿੱਦਾਂ ਕਿ ਮਹਿੰਗਾਈ ਦੇ ਹਿਸਾਬ ਦੇ ਨਾਲ ਵਧਾਉਣਾ ਚਾਹੀਦਾ ਹੈ ਤੇ ਨਾਲ ਹੀ ਇਹ ਵੀ ਕਿਹਾ ਕਿ ਇਟਲੀ ਦੇ ਵਿੱਚ ਤਕਰੀਬਨ 60 ਲੱਖ ਲੋਕਾਂ ਦੇ ਕੰਟਰੈਕਟ ਇਹੋ ਜਿਹੇ ਹਨ ਜਿਨ੍ਹਾਂ ਨੂੰ ਦੁਬਾਰਾ ਰਿਨਿਊ ਕਰਨਾ ਚਾਹੀਦਾ ਹੈ ਰਿਨਿਊ ਦਾ ਮਤਲਬ ਕੀ ਹੋਏਗਾ ਕਿ ਇਹਦੇ ਵਿੱਚ ਅਗਰ ਕੰਟਰੈਕਟ ਵਗੈਰਾ ਰਿਨਿਊ ਹੁੰਦੀਆਂ ਤੇ ਨਵੇਂ ਰੇਟਾਂ ਦੇ ਨਾਲ ਰਿਨਿਊ ਹੋਣਗੇ ਕਿਉਂਕਿ ਇਸ ਟਾਈਮ ਜਿਹੜਾ ਤਕਰੀਬਨ 60 ਲੱਖ ਦੇ ਕਰੀਬ ਜਿਹੜੇ ਇਸ ਟਾਈਮ ਵਰਕਰ ਹਨ ਜੋ ਇੰਤਜ਼ਾਰ ਕਰ ਰਹੇ ਨੇ ਕਿ ਉਹ ਜਿਹੜੇ ਕੰਟਰੈਕਟ ਕਦੋਂ ਰਿ ਹੁਣ ਤੁਹਾਡੇ ਮਨ ਦੇ ਵਿੱਚ ਵੀ ਇੱਕ ਸਵਾਲ ਆਉਂਦੇ ਹੋਵੇਗਾ ਕਿ ਕਦੋਂ ਜਿਹੜੀ ਸੈਲਰੀ ਕਦੋਂ ਵਧੇਗੀ ਕਦੋਂ ਵਧੇਗੀ ਸੈਲਰੀ ਕਦੋਂ ਵਧਣਗੇ ਰੇਟ ਹੁਣ ਜਿਹੜੀ ਫਿਲਹਾਲ ਹੈ ਜੀ ਟ੍ਰੇਡ ਯੂਨੀਅਨ ਪੂਰੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਦੇ ਨਾਲ ਗੱਲਬਾਤਾਂ ਦੀ ਚੱਲ ਰਹੀ ਹੈ ਦੇਖਦੇ ਹਾਂ ਕਿ ਜਿਹੜਾ ਨਤੀਜਾ ਕਦ ਤੱਕ ਆਉਂਦਾ ਹੈ ਹਾਂਜੀ ਹੁਣ ਜਿਹੜੀ ਨੈਕਸਟ ਆਪਣੀ ਖਬਰ ਹੈ ਜੂ ਵੀ ਬੜੀ ਸਪੈਸ਼ਲ ਖਬਰ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਜਿਹੜੀ ਗਰਮੀ ਯੂਰਪ ਦੇ ਵਿੱਚ ਕਿੰਨੀ ਜ਼ਿਆਦਾ ਵੱਧ ਚੁੱਕੀ ਹੈ ਇੱਕ ਪਾਸੇ ਪੂਰੇ ਯੂਰਪ ਦੇ ਵਾਸਤੇ ਜਿਹੜੀ ਹੈ ਜੀ ਚੇਤਾਵਨੀ ਜਾਰੀ ਹੋ ਚੁੱਕੀ ਹੈ ਜਿਹੜੇ ਗਲੇਸ਼ੀਅਰ ਹਨ ਇੱਥੋਂ ਦੇ ਪਾਣੀ ਵੜਨਾ ਸ਼ੁਰੂ ਹੋ ਚੁੱਕੇ ਹਨ ਮਤਲਬ ਗਲਣੇ ਸ਼ੁਰੂ ਹੋ ਚੁੱਕੇ ਹਨ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇਟਲੀ ਦੇ ਵਿੱਚ ਸੋਕਾ ਕੁਝ ਸਟੇਟਾਂ ਦੇ ਵਿੱਚ ਪਿਆ ਹੈ ਤੇ ਨਦੀਆਂ ਦੇ ਵਿੱਚ ਜਿਹੜਾ ਪਾਣੀ ਹੈ ਜੂ ਘਟਣਾ ਸ਼ੁਰੂ ਹੋ ਚੁੱਕਾ ਹੈ ਇਹ ਜਿਹੜਾ ਕਲਾਈਮੇਟ ਚੇਂਜ ਹੋ ਰਹੀ ਹੈ ਦੁਨੀਆ ਦੇ ਵਿੱਚ ਉਸ ਦਾ ਜਿਹੜਾ ਅਸਰ ਯੂਰਪ ਦੇ ਉੱਤੇ ਵੀ ਦੇਖਣਾ ਸ਼ੁਰੂ ਹੋ ਚੁੱਕਾ ਹੈ ਤੇ ਦੂਜੇ ਪਾਸੇ ਇੰਡੀਆ ਦੇ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੜ੍ਹ ਵਗੈਰ ਦੀ ਸਥਿਤੀ ਬਣੀ ਹੈ ਹੁਣ ਅਜੇ ਤੋਂ ਕੁਝ ਸਮਾਂ ਪਹਿਲਾਂ ਜੇ ਯੂਰਪ ਦੇ ਵਿੱਚ ਕੋਈ 40 ਡਿਗਰੀ ਦੇ ਵਾਸਤੇ ਵੀ ਗੱਲ ਕਰਦਾ ਸੀ ਤਾਂ ਇੱਕ ਬਹੁਤ ਵੱਡਾ ਟੈਂਪਰੇਚਰ ਦਾ ਚੀਫਰਾ ਲੱਗਦਾ ਸੀ ਲੋਕ 40 ਡਿਗਰੀ ਸੋਚਦੇ ਸਨ ਕਿ ਇਹ ਜਿਹੜਾ ਟੈਂਪਰੇਚਰ ਜਿਹੜੇ ਅਰਬ ਦੇਸ਼ਾਂ ਦੇ ਵਾਸਤੇ ਠੀਕ ਹੈ ਯੂਰਪ ਦੇ ਵਿੱਚ ਇਦਾਂ ਕੋਈ ਵੀ ਨਹੀਂ ਸੋਚਦਾ ਸੀ ਹੁਣ ਤੁਹਾਨੂੰ ਇੱਥੇ ਦੱਸ ਦਈਏ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਖਾਸ ਕਰ ਜਿਹੜੀ 15 ਜੁਲਾਈ ਹੈ ਜੀ ਇਹਦੇ ਵਿੱਚ ਗਰਮ ਹਵਾਵਾਂ ਦੀ ਜਿਹੜੀ ਐਂਟਰੀ ਹੋਏਗੀ ਜਿਹਦੇ ਵਿੱਚ ਤਕਰੀਬਨ ਜਰਮਨ ਵੀ ਐਂਟਰ ਹੋਵੇਗਾ ਤੇ ਉਸ ਤੋਂ ਬਾਅਦ ਇਟਲੀ ਦਾ ਨੰਬਰ ਵੀ ਲੱਗੇਗਾ ਜਿਹੜਾ ਇਸ ਦੇ ਵਿੱਚ ਟੈਂਪਰੇਚਰ ਤੁਹਾਨੂੰ ਇਸ ਤਰ੍ਹਾਂ ਲੱਗੇ ਕਿ ਜਿਵੇਂ ਪਤਲੇ ਦੇ ਵਿੱਚ ਗਰਮ ਪਾਣੀ ਜਿਹੜਾ ਉਬਲ ਰਿਹਾ ਹੋਵੇ ਦੱਸਿਆ ਗਿਆ ਹੈ ਕਿ ਟੈਂਪਰੇਚਰ ਜਿਹੜਾ 42 ਡਿਗਰੀ ਤੱਕ ਪਹੁੰਚ ਸਕਦਾ ਹੈ ਤੇ ਇਸ ਤੋਂ ਬਾਅਦ ਜਿਹੜੀਆਂ ਗਰਮ ਲਹਿਰਾਂ ਹੰ ਜਿੰਗਲੈਂਡ ਵਾਲੇ ਪਾਸੇ ਨੂੰ ਜਾਣਗੀਆਂ ਤੇ ਫਿਰ ਜਰਮਨ ਵਾਲੇ ਪਾਸੇ ਨੂੰ ਵੀ ਜਿਹੜਾ ਇਸ ਦਾ ਅਸਰ ਦਿਖਾਈ ਦੇਵੇਗਾ ਤੇ ਇਟਲੀ ਦੇ ਵਿੱਚ ਵੀ ਇਸ ਦਾ ਅਸਰ ਦਿਖਾਈ ਦੇਵੇਗਾ ਚਲਦੇ ਅ ਜ ਆਪਣੇ ਨੈਕਸਟ ਅਪਡੇਟ ਦੇ ਉੱਤੇ ਨੈਕਸਟ ਅਪਡੇਟ ਆਪਣਾ ਜਿਹੜਾ ਸਪੇਨ ਦੇ ਨਾਲ ਸਬੰਧਤ ਹੈ ਜਿਹੜੀ ਮਹਿੰਗਾਈ ਦੀ ਮਾਰ ਹੈ ਜੀ ਇਕੱਲੇ ਇਟਲੀ ਦੇ ਵਿੱਚ ਨਹੀਂ ਪੈ ਰਹੀ ਜਰਮਨ ਦੇ ਵਿੱਚ ਵੀ ਇਸੇ ਤਰ੍ਹਾਂ ਹੋ ਰਿਹਾ ਹੈ ਤੇ ਹੋ ਸਾਰੇ ਬਹੁਤ ਸਾਰੇ ਦੇਸ਼ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਹੋ ਰਿਹਾ ਹੈ। ਸਪੇਨ ਵੀ ਜਿਹੜਾ ਇਸ ਤੋਂ ਅਛੂਤਾ ਨਹੀਂ ਰਿਹਾ। ਸਪੇਨ ਦੇ ਜਿਹੜੇ ਪ੍ਰਧਾਨ ਮੰਤਰੀ ਜਿਹਨਾਂ ਦਾ ਨਾਮ ਹੈ ਜੀ ਪੀਦਰੋ ਸ਼ਾਂਚਿਸ ਇਹਨਾਂ ਨੇ ਪਬਲਿਕ ਟਰਾਂਸਪੋਰਟ ਦੇ ਉੱਤੇ ਇੱਕ ਖਾਸ ਜਿਹੜੀ ਘੋਸ਼ਣਾ ਕਰ ਦਿੱਤੀ ਹੈ। ਇਹ ਜਿਹੜੀ ਸਪੇਨ ਦੇ ਵਾਸੀ ਹੋਣਗੇ ਜੀ ਪਹਿਲੀ ਸਤੰਬਰ ਤੋਂ ਇਹਨਾਂ ਨੂੰ ਜਿਹੜੀ ਸਹੂਲਤ ਮਿਲੇਗੀ ਤੇ ਸਤੰਬਰ ਤੋਂ ਲੈ ਕੇ ਸਤੰਬਰ, ਅਕਤੂਬਰ, ਨਵੰਬਰ, ਦਸੰਬਰ 31 ਦਸੰਬਰ 2022 ਤੱਕ ਜਿਹੜੀ ਸਹੂਲਤ ਮਿਲੇਗੀ। ਮਤਲਬ ਕਿ 4 ਮਹੀਨੇ ਜਿਹੜੀ ਜਾਣਕਾਰੀ ਮਿਲੀ ਹੈ ਸਪੈਨ ਦੇ ਵੱਲੋਂ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੀ ਜਦਾਂ ਕਿ ਟਿਕਟਾਂ ਵਗੈਰਾ ਦੇ ਜੋ ਵੀ ਰੇਟ ਵਗੈਰਾ ਹੋਣਗੇ ਤੇ ਜਿਹੜੀਆਂ ਸੀਜ਼ਨਲ ਟਿਕਟਸ ਵਗੈਰਾ ਹੋਣਗੀਆਂ ਜਿਹੜੀਆਂ ਕਿ ਲੋਕਲ ਜਾਂ ਮੀਡੀਅਮ ਡਿਸਟੈਂਸ ਟ੍ਰੇਨ ਵਗੈਰਾ ਹੋਣਗੀਆਂ ਜਿਨ੍ਹਾਂ ਨੂੰ ਜਿਹੜਾ ਕੰਟਰੋਲ ਕੀਤਾ ਜਾ ਰਿਹਾ ਸਟੇਟ ਸਰਕਾਰ ਦੇ ਵੱਲੋਂ ਇਹਨਾਂ ਨੂੰ 100% ਜਿਹੜਾ ਹੈ ਜੀ ਇਹਨਾਂ ਨੂੰ ਰੀਇੰਬਰਸਟ ਕੀਤਾ ਜਾਵੇਗਾ ਇਹਦੇ ਪਿੱਛੇ ਜਿਹੜਾ ਕਾਰਨ ਇਹ ਹੈ ਕਿ ਇਹਨਾਂ ਨੇ ਦੇਖਿਆ ਕਿ ਇੱਕ ਪਰਿਵਾਰ ਦੇ ਵਿੱਚ ਜਿਹੜਾ ਇੱਕ ਆਦਮੀ ਜਿਸ ਦੇ ਮੋਢਿਆਂ ਦੇ ਉੱਤੇ ਪੂਰੇ ਪਰਿਵਾਰ ਦਾ ਜਿਹੜਾ ਭਾਰ ਹੁੰਦਾ ਹੈ ਟੈਨਸ਼ਨ ਹੁੰਦੀ ਹੈ ਉਸ ਨੂੰ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਜਿਹੜੀ ਉਹਨਾਂ ਨੇ ਕੁਝ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਉਹ ਆਪਣੀ ਫੈਮਲੀ ਦੇ ਉੱਤੇ ਜਿਹੜਾ ਜ਼ਿਆਦਾ ਪੈਸਾ ਖਰਚ ਕਰ ਸਕੇ ਤੇ ਕਿਰਾਏ ਵਗੈਰ ਦੇ ਉੱਤੇ ਜਿਹੜੇ ਪੈਸੇ ਖਰਚ ਕਰਦਾ ਹੈ ਉਸ ਦੀ ਸਿੱਧੇ ਸ਼ਬਦਾਂ ਦੇ ਵਿੱਚ ਬੱਚਤ ਹੋ ਸਕੇ ਹੁਣ ਇਹਦੇ ਵਿੱਚ ਸਰਕਾਰ ਇੱਕ ਚੀਜ਼ ਹੋਰ ਵੀ ਸੋਚਦੀ ਹੈ ਕਿ ਜੇ ਟ੍ਰੇਨ ਦੇ ਵਜੋਂ ਜਿਹੜੀਆਂ ਟਿਕਟਾਂ ਫ੍ਰੀ ਸਰਕਾਰ ਨੇ ਕਰਨੀਆਂ ਹਨ ਜਿਹੜੇ ਕਿ ਪਹਿਲੀ ਸਤੰਬਰ ਤੋਂ ਇਹਦੇ ਨਾਲ ਕੀ ਹੋਏਗਾ ਕਿ ਲੋਕ ਜਿਹੜੇ ਗੱਡੀਆਂ ਵਗੈਰ ਦੀ ਆਪਣੀ ਵਰਤੋਂ ਕਰਦੇ ਨੇ ਕਾਰਾਂ ਦੀ ਜਾਂ ਜਿਹੜੇ ਆਪਣੇ ਸਾਧਨ ਹਨ ਲੋਕ ਉਹਨਾਂ ਦੀ ਵਰਤੋਂ ਵੀ ਘੱਟ ਕਰਨਗੇ ਕਿਉਂਕਿ ਉਹਨਾਂ ਨੂੰ ਪਤਾ ਹੋਵੇਗਾ ਕਿ ਟ੍ਰੇਨ ਦੇ ਵਿੱਚ ਕੋਈ ਟਿਕਟ ਨਹੀਂ ਲਗਣੀ ਤੇ ਪੂਰੀ ਦੀ ਪੂਰੀ ਜਿਹੜੀ ਬਚਤ ਹੋਵੇਗੀ। ਸੋ ਇਸ ਕਰਕੇ ਦੂਜੇ ਪਾਸੇ ਜਿਹੜੀ એનર્ਜੀ ਦੀ ਵੀ ਕਾਫੀ ਬਚਤ ਹੋਵੇਗੀ। ਲੋਕ ਆਪਣੀਆਂ ਗੱਡੀਆਂ ਦੀ ਵਰਤੋਂ ਘੱਟ ਕਰਨਗੇ। ਸਰਕਾਰ ਨੇ ਜਿਹੜਾ ਇੱਕ ਤਾਂ ਲੋਕਾਂ ਨੂੰ ਰਾਹਤ ਦਿੱਤੀ ਹੈ ਦੂਜੇ ਪਾਸੇ એનર્ਜੀ ਦੀ ਵੀ ਬਚਤ ਹੋਵੇਗੀ। ਇਸ ਤੋਂ ਇਲਾਵਾ ਜਿਹੜੀ ਨੈਕਸਟ ਖਬਰ ਇਮੀਗ੍ਰੇਸ਼ਨ ਦੇ ਨਾਲ ਸੰਬੰਧਤ ਹੈ। ਇਮੀਗ੍ਰੇਸ਼ਨ ਦੇ ਵਿੱਚ ਬਹੁਤ ਸਾਰੇ ਵੀਰਜਿਨਾ ਨੇ ਕਿ ਹਾਂ ਥੋੜਾ ਸਮਾਂ ਪਹਿਲਾਂ ਜਿਹੜੇ ਪੇਪਰ ਆਪਣੇ ਪ੍ਰੋਵਾਈਸਨ ਫਰਵਰੀ ਦੇ ਵਿੱਚ ਤੇ ਕੁਝ ਦੇ ਜਨਮ ਦੇ ਵਿੱਚ ਵੀ ਪਾਰ ਹੋਏ ਸਨ ਵੀ ਬਹੁਤ ਸਾਰੇ ਚਿੰਤ ਹਨ ਕਿ ਬਹੁਤ ਸਾਰੇ ਵੀਰਾਂ ਦੇ ਅਜੇ ਤੱਕ ਜਿਹੜੇ ਪੇਪਰ ਨਹੀਂ ਨਿਕਲੇ ਤੇ ਇਸ ਤੋਂ ਇਲਾਵਾ ਇੱਕ ਜਿਨ੍ਹਾਂ ਲੋਕਾਂ ਨੇ ਪੇਪਰ ਭਰਾਈ ਸਨ ਉਹਨਾਂ ਨੇ ਤਕਰੀਬਨ ਜਿਹੜੇ 6 ਮਹੀਨੇ ਦਾ ਟਾਈਮ ਇਸ ਦੇ ਵਿੱਚ ਮੰਗਿਆ ਸੀ ਜਿਹੜਾ ਕਿ ਜੇ ਆਪਾਂ ਜੁਲਾਈ ਦੇ ਹਿਸਾਬ ਦੇ ਨਾਲ ਦੇਖੀ ਜੀ ਆਪਾਂ ਤਕਰੀਬਨ ਤਕਰੀਬਨ ਜਿਹੜਾ 6 ਮਹੀਨੇ ਦਾ ਟਾਈਮ ਤਕਰੀਬਨ ਹੋ ਚੁੱਕਾ ਹੈ ਜਾਂ ਹੋਣ ਦੇ ਕਰੀਬ ਹੈ ਅਗਰ 6 ਮਹੀਨੇ ਦੇ ਵਿੱਚ ਵੀ ਜਿਹੜੇ ਪੇਪਰ ਨਹੀਂ ਨਿਕਲ ਰਹੇ ਤਾਂ ਉਸ ਤੋਂ ਬਾਅਦ ਜਿਹੜੀ ਫਿਕਰ ਵਾਲੀ ਗੱਲ ਬਣਦੀ ਹੈ ਪੀਪਰ ਨਹੀਂ ਨਿਕਲੇ ਤੇ 6 ਮਹੀਨੇ ਜਿਹੜਾ ਸਮਾਂ ਪਾਸ ਹੋ ਚੁੱਕਾ ਹੈ ਤੇ ਤੁਸੀਂ ਕੋਸ਼ਿਸ਼ ਕਰੋ ਕਿ ਜਿਸ ਦੇ ਕੋਲੋਂ ਪੀਪਰ ਭਰਿਆ ਹਨ ਉਸ ਦੇ ਨਾਲ ਜਿਹੜਾ ਕੰਟੈਕਟ ਜਰੂਰ ਕਰੋ ਬਾਕੀ ਗੱਲ ਨਹੀਂ ਹੈ ਕਿ ਪੀਪਰ ਜਿਹੜੇ ਬਿਲਕੁਲ ਲੋਕਾਂ ਦੇ ਨਹੀਂ ਨਿਕਲ ਰਹੇ ਕੁਝ ਨੂੰ ਲੋਕਾਂ ਦੇ ਜਿਹੜੇ ਟਾਮ ਟਾਮ ਬਿਰਲਾ ਬਿਰਲ ਨੂੰ ਲਾ ਹੁਸਤਾ ਲੋਕਾਂ ਨੂੰ ਮਿਲ ਰਿਹਾ ਹੈ ਪਰੰਤੂ ਜੇ ਸਪੀਡ ਦੇ ਨਾਲ ਪੀਪਰ ਨਿਕਲਣੇ ਚਾਹੀਦੇ ਸਨ ਉਹ ਜਿਹੜੀ ਸਪੀਡ ਹੈ ਜੀ ਉਹ ਜਿਹੜੀ ਰਫਤਾਰ ਹੈ ਅਜੇ ਤੱਕ ਨਹੀਂ ਫੜੀ ਅਗਲੀ ਖਬਰ ਜਿਹੜੀ ਆਪਣੀ ਤੁਸੀਂ ਇਹਦੇ ਵਿੱਚ ਇੱਕ ਤਾਰੀਖ ਯਾਦ ਰੱਖਣੀ ਹੈ 17 ਜੁਲਾਈ ਜਿਹੜੀ ਤਾਰੀਖ ਹੈ ਜੀ ਉਸ ਨੂੰ ਯਾਦ ਰੱਖਣਾ ਹੈ ਕਿਉਂਕਿ ਹੈ ਜੀ ਸ਼ੋਪਰੋ ਸ਼ੋਪਰੋ ਦਾ ਮਤਲਬ ਹੁੰਦਾ ਹੈ ਹੜਤਾਲ ਸਟ੍ਰਾਈਕ ਜਿਸ ਵਿੱਚ ਕੁਝ ਕੰਪਨੀਆਂ ਜਿਹੜੀਆਂ ਹਿੱਸਾ ਲੈ ਰਹੀਆਂ ਨੇ ਸਟ੍ਰਾਈਕ ਦੇ ਵਿੱਚ ਜਿਹੜੇ ਰੇ ਨੇ ਰੇ ਜੀ ਇਜ਼ੀ ਜਟ ਦੂਜੀ ਜੀ ਵੋਲਟ ਹੈ ਤੇ ਇਸ ਤੋਂ ਇਲਾਵਾ ਜਿਹੜੇ ਫਲਾਈਟ ਕੰਟਰੋਲਰਸ ਵਗੈਰਾ ਹੁੰਦੇ ਹਨ ਜੀ ਉਹ ਵੀ ਇਸ ਦੇ ਵਿੱਚ ਸ਼ਾਮਲ ਹਨ ਕਿਰਤ ਦਾ ਟਾਈਮ ਹੈ ਜੀ ਸ਼ੋਪਰੋ ਦਾ ਟਾਈਮ ਹੈ तकरीबन 17 ਜੁਲਾਈ ਨੂੰ 2 ਵਜੇ ਕੇ 2 ਵਜੇ ਤੋਂ 6 ਵਜੇ ਤੱਕ ਇਹ ਜਿਹੜਾ ਦੁਪਹਿਰ ਤੋਂ ਬਾਅਦ ਦਾ ਟਾਈਮ ਹੈ ਬਾਕੀ ਅੱਜ ਦੀ ਇਹ ਵੀਡੀਓ ਜੀ ਇਸ ਨੂੰ ਇੱਥੇ ਸਮਾਪਤ ਕਰਦੇ ਆਂ ਤੇ ਨੈਕਸਟ ਵੀਡੀਓ ਲੈ ਕੇ ਫਿਰ ਮਿਲਾਂਗੇ ਜੀ ਚੈਨਲ ਨੂੰ ਅਬੀ ਤੱਕ ਸਬਸਕ੍ਰਾਈਬ ਕਰਨੇ ਕੀ ਤਜਰੂਰ ਕਰ ਲੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਤੱਕ ਵੀਡੀਓ ਦੇਖਿਆ